ਪੰਜਾਬ ਵਿੱਚ ਪੰਚਾਇਤੀ ਚੋਣਾਂ ਹੋ ਰਹੀਆਂ ਨੇ ਤੇ ਇਸ ਵਕਤ ਪੂਰੇ ਪੰਜਾਬ ਵਿੱਚ ਆਦਰਸ਼ ਚੋਣ ਜਾਬਤਾ ਲੱਗਿਆ ਹੋਇਆ ਹੈ, ਪਰ ਅਬੋਹਰ ਦੇ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਦੋ ਨੌਜਵਾਨਾਂ ਨੂੰ ਨਾਜਾਇਜ਼ ਅਸਲੇ ਨਾਲ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਦੇ ਰਹੇ ਨੇ SPD ਪ੍ਰਦੀਪ ਸਿੰਘ ਸੰਧੂ ਜੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ 'ਚੋਂ ਨਸ਼ੇ ਦੇ ਖਾਤਮੇ ਲਈ ਹਰ ਅਹਿਮ ਕਦਮ ਚੁੱਕ ਰਹੀ ਹੈ। ਇਸੇ ਤਹਿਤ ਐਂਟੀ ਨਾਰਕੋਟਿਕਸ ਟਾਸਕ ਫੋਰਸ ਦਾ ਨਵਾਂ ਦਫ਼ਤਰ ਲੋਕਾਂ ਨੂੰ ਸਮਰਪਿਤ ਕੀਤਾ ਗਿਆ। ਇੰਨਾ ਹੀ ਨਹੀਂ, ਨਸ਼ੇ ਦੀ ਰੋਕਥਾਮ ਲਈ ਵਟਸਐਪ ਨੰਬਰ 9779100200 ਵੀ ਜਾਰੀ ਕੀਤਾ ਗਿਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਐਂਟੀ ਨਾਰਕੋਟਿਕਸ ਟਾਸਕ ਫੋਰਸ ਦੇਸ਼ ਦੀ ਪਹਿਲੀ ਅਜਿਹੀ ਫੋਰਸ ਹੈ ਜੋ ਕੇਵਲ ਨਸ਼ੇ ਦੀ ਰੋਕਥਾਮ ਲਈ ਕੰਮ ਕਰੇਗੀ। ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਇਹ ਫੋਰਸ ਨਸ਼ਾ ਤਸਕਰਾਂ ਤੇ ਤਿੱਖੀ ਨਜ਼ਰ ਰੱਖੇਗੀ। ਨਸ਼ਾ ਵੇਚਣ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਅਸੀਂ ਇੱਕ ਰਾਜ ਸਰਕਾਰ ਵੱਲੋਂ ਪਹਿਲ ਕਰ ਰਹੇ ਹਾਂ ਕਿ ਐਂਟੀ ਡਰੱਗ ਹੈਲਪਲਾਈਨ ਜਿਹੜੀ ਵਟਸਐਪ ਚੈਟਬੋਟ ਜੋ ਉਹਦਾ ਉਦਘਾਟਨ ਕੀਤਾ ਗਿਆ ਤੇ ਕੋਈ ਵੀ ਬੰਦਾ ਉਸ ਨੰਬਰ ਤੇ ਇਨਫੋਰਮੇਸ਼ਨ ਜਿਵੇਂ ਲਿਖਿਆ ਹੋਇਆ ਤੁਹਾਡੇ ਸਾਹਮਣੇ ਦੇ ਸਕਦਾ ਜਾਂ ਇਨਫੋਰਮੇਸ਼ਨ ਲੈ ਸਕਦਾ। ਉਹਦਾ ਨਾਮ ਗੁਪਤ ਰੱਖਿਆ ਜਾਊ ਜੇ ਕਿਸੇ ਨੇ ਕੋਈ ਇਨਫੋਰਮੇਸ਼ਨ ਦੇਣੀ ਹੈ ਕਿ ਇੱਥੇ ਨਸ਼ਾ ਵਿਕ ਰਿਹਾ ਜਾਂ ਇੱਥੇ ਸਾਡੇ ਇਸ ਤਰ੍ਹਾਂ ਦੀਆਂ ਦਿੱਕਤਾਂ ਆ ਰਹੀਆਂ ਨੇ। ਪ੍ਰੈਸ ਕਾਨਫਰੰਸ ਦੇ ਵਿੱਚ ਚੱਲਦੇ ਆ ਤੇ ਜਾਣਕਾਰੀ ਲੈਂਦੇ ਆ ਕਿ ਨੌਜਵਾਨਾਂ ਦਾ ਮਕਸਦ ਕੀ ਸੀਗਾ, ਕਿੱਥੋਂ ਦੇ ਰਹਿਣ ਵਾਲੇ ਹੈਗੇ ਆ, ਕਿੱਥੇ ਫੜਿਆ ਗਿਆ ਹੈ। ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ, ਇਸ ਵਕਤ ਅਸੀਂ ਹੈਗੇ ਆ ਅਬੋਹਰ ਦੇ ਵਿੱਚ ਮੌਜੂਦ DSP ਦਫ਼ਤਰ ਅਬੋਹਰ 'ਚ। ਸਾਡੇ ਸਾਹਮਣੇ ਨੇ PS ਸੰਧੂ ਜੀ, SPD ਦੇ ਨਾਲ ਨੇ DSP ਸੁਖਵਿੰਦਰ ਸਿੰਘ ਬਰਾੜ ਜੀ। ਪੁਲਿਸ ਨੂੰ ਇੱਕ ਬਹੁਤ ਵੱਡੀ ਸਫਲਤਾ ਮਿਲੀ ਹੈ, CIA ਸਟਾਫ ਵੱਲੋਂ ਦੋ ਨੌਜਵਾਨਾਂ ਨੂੰ ਅਸਲੇ ਸਣੇ ਗ੍ਰਿਫ਼ਤਾਰ ਕੀਤਾ ਗਿਆ ਹੈ। ਆਪਾਂ ਪੂਰੀ ਜਾਣਕਾਰੀ ਲਵਾਂਗੇ, ਜਾਣਾਂਗੇ ਵੀ ਉਹਨਾਂ ਦਾ ਮਕਸਦ ਕੀ ਸੀ, ਪੁਲਿਸ ਨੇ ਉਹਨਾਂ ਨੂੰ ਕਿੱਥੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਕਿੰਨੇ ਦਿਨਾਂ ਦਾ ਰਿਮਾਂਡ ਮਿਲਿਆ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ, ਇਹ ਜਿਹੜੇ ਨੌਜਵਾਨ ਸੀ ਕਿੱਥੋਂ ਆ ਰਹੇ ਸੀ, ਕਿੱਥੇ ਜਾ ਰਹੇ ਸੀ? ਇਹ ਮਾਣਯੋਗ ਸਰਦਾਰ ਵਰਿੰਦਰ ਸਿੰਘ ਬਰਾੜ SSP ਫਾਜ਼ਿਲਕਾ ਜੀ ਦੀ ਦਿਸ਼ਾ ਨਿਰਦੇਸ਼ ਦੇ ਉੱਤੇ ਆਉਣ ਵਾਲੀਆਂ ਜਿਹੜੀਆਂ ਇਲੈਕਸ਼ਨਸ ਤੇ ਫੈਸਟੀਵਲ ਸੀਜ਼ਨ ਨੂੰ ਧਿਆਨ ਚ ਰੱਖਦੇ ਹੋਏ ਰਾਊਂਡ ਦਾ ਕਲੋਕ ਸਾਡੀ ਪੈਟਰੋਲਿੰਗ ਤੇ ਨਾਕਾਬੰਦੀ ਚੱਲਦੀ ਹੈ। ਅਸੀਂ ਉਸੇ ਦੌਰਾਨ ਹੀ ਅੱਜ ਕੱਲ ਸਾਡੀ CIA ਦੀ ਟੀਮ ਨੇ ਨਾਕਾ ਲਾਇਆ ਹੋਇਆ ਸੀ। ਤਕਰੀਬਨ ਰਾਤ 8:30 ਤੋਂ ਹੀ ਚੈਕਿੰਗ ਚੱਲ ਰਹੀ ਸੀ ਤਾਂ 9:15 ਦੇ ਕਰੀਬ ਇੱਕ ਮੋਟਰਸਾਈਕਲ ਦੇ ਉੱਤੇ ਦੋ ਵਿਅਕਤੀ ਨਾਕੇ ਤੋਂ ਜਦੋਂ ਭੱਜਣ ਲੱਗੇ ਤਾਂ ਉਹਨਾਂ ਨੂੰ ਕਾਬੂ ਕਰਕੇ ਜਦੋਂ ਚੈੱਕ ਕੀਤਾ ਤਾਂ ਦੋਨਾਂ ਕੋਲੇ ਹੀ ਦੋ ਦੋ ਪਿਸਟਲ ਬਰਾਮਦ ਹੋਏ ਸਮੇਤ ਐਮੂਨੇਸ਼ਨ। ਤਾਂ ਫਿਰ ਉਹਨਾਂ ਨੂੰ ਅਸੀਂ ਅਰੈਸਟ ਕਰਕੇ ਕੇਸ ਰਜਿਸਟਰ ਕਰਕੇ ਰਿਮਾਂਡ ਲਿਆ ਹੈਗਾ। ਫਰਦਰ ਇਹਨਾਂ ਦੇ ਬੈਕਵਰਡ ਫਾਰਵਰਡ ਲਿੰਕਸ, ਪਰਪਸ, ਪ੍ਰੋਕਿਓਰ ਕਿੱਥੋਂ ਕੀਤੇ ਤੇ ਇਲੈਕਸ਼ਨਸ ਨੂੰ ਧਿਆਨ ਚ ਰੱਖਦੇ ਹੋਏ ਉਸ ਐਂਗਲ ਤੋਂ ਵੀ ਸਾਰਾ ਅਸੀਂ ਕਰ ਰਹੇ ਹਾਂ ਇਨਵੈਸਟੀਗੇਸ਼ਨ। ਜੋ ਵੀ ਹੋਰ ਡਿਟੇਲਸ ਆਉਣਗੀਆਂ ਵੀ ਵਿਲ ਸ਼ੇਅਰ ਇਟ ਸ਼ੋਰਟਲੀ। ਕੀ ਨਾਮ ਕੀ ਹੈਗਾ ਸਰ, ਕਿੱਥੋਂ ਰਹਿਣ ਵਾਲੇ ਆ? ਤੇ ਜੀ ਇੱਕ ਤਾਂ ਭੀਮ ਸੈਨ ਔਰ ਭੀਮ ਗੋਦਰਾ ਵਾਸੀ ਪੰਜਕੋਸੀ ਦਾ ਭੀਮ ਗੁਦਾਰਾ, ਇੱਕ ਹੈਗਾ ਸ਼ਿਸ਼ਪਾਲ ਸਿੰਘ ਪੁੱਤਰ ਰਾਮ ਜੀ ਲਾਲ, ਪੰਜਕੋਸੀ ਰਹਿਣ ਵਾਲੇ। ਹਾਂਜੀ ਹਾਂ, ਠੀਕ ਹੈ ਜੀ। ਕਿੰਨੇ ਵੈਪਨ ਇਹਨਾਂ ਤੋਂ ਬਰਾਮਦ ਹੋਏ? ਇਹਨਾਂ ਕੋਲੇ ਦੋਨਾਂ ਕੋਲੇ ਹੀ ਦੋ ਦੋ 32 ਬੋਰ ਦੇ ਪਿਸਤੌਲ ਸੀਗੇ ਜੀ, ਕੰਟਰੀ ਮੇਡ। ਠੀਕ ਹੈ। ਹਾਂਜੀ, ਇਹਨਾਂ ਉੱਪਰ ਕੋਈ ਪਹਿਲਾਂ ਦੇ ਕੋਈ ਕ੍ਰਿਮੀਨਲ ਕੇਸ ਵਗੈਰਾ ਦਰਜ ਹੋਣ? ਹਾਂਜੀ, ਇਹਨਾਂ ਚੋਂ ਜਿਹੜਾ ਭੀਮ ਸੈਨ ਹੈਗਾ ਉਹਦੇ ਤੇ 3 ਮੁਕੱਦਮੇ ਦਰਜ ਹੈ ਜੀ, ਹੀਨੀਅਸ ਸੰਗੀਨ ਜੁਰਮਾਂ ਦੇ।
ਇੱਕ ਰਾਜਸਥਾਨ ਚ ਮਰਡਰ ਕੇਸ ਚ ਇਨਵੋਲਵ ਹੈ ਤੇ ਦੋ ਦੇ ਇੱਥੇ ਸਾਡੇ ਖੂਹੀਆਂ ਸਰਵਰ ਥਾਣੇ ਚ ਲੈ ਕੇ ਆਏ ਨੂੰ ਗਿਰੇ ਲੋ। ਇਹ ਹਾਲੇ ਬੜਾ ਪ੍ਰੀਮੈਚਿਓਰ ਹੈ ਜੀ ਇਸ ਗੱਲ ਦੇ ਉੱਤੇ ਕਮੈਂਟ ਕਰਨਾ। ਇੰਟੈਰੋਗੇਸ਼ਨ ਦੇ ਵਿੱਚ ਦੌਰਾਨੇ ਰਿਮਾਂਡ ਜੋ ਵੀ ਖੁਲਾਸੇ ਹੋਣਗੇ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਰਹੋ। ਕਿਹੜੀ ਟੀਮ ਦੀ ਸਫਲਤਾ ਜੀ ਇਹ? ਜੀ DSP ਸਰਦਾਰ ਸੁਖਵਿੰਦਰ ਸਿੰਘ ਬਰਾੜ ਜਿਹੜੇ DSP ਸਿਟੀ ਅਬੋਹਰ ਦੀ ਨਿਗਰਾਨੀ ਚ CIA ਅਬੋਹਰ ਨੇ ਇਹ ਜਿਹੜਾ ਹੈਗਾ ਅਚੀਵ ਕੀਤਾ ਟਾਰਗੇਟ। ਇਹ ਸਾਡਾ ਜਿਹੜਾ ਕਿੰਨੇ ਦਿਨਾਂ ਦਾ ਰਿਮਾਂਡ ਮਿਲਿਆ? ਦੋ ਦਿਨ ਦਾ ਫਿਲਹਾਲ ਅਸੀਂ ਰਿਮਾਂਡ ਲਿਆ ਹੈਗਾ। ਐਸ ਐਂਡ ਵੈਨ ਸਾਨੂੰ ਕੋਈ ਰਿਕੁਆਇਰਮੈਂਟ ਮਹਿਸੂਸ ਹੋਊਗੀ ਤਾਂ ਅਸੀਂ ਐਕਸਟੈਂਡ ਕਰਾਵਾਂਗੇ। देश दुनिया की हर खबर सबसे पहले देखने के लिए फॉलो करें दैनिक सवेरा TV, यूट्यूब, फेसबुक, इंस्टाग्राम, एक्स और व्हाट्सएप चैनल पर।